ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਹੋ ਜਾਓ ਸਾਵਧਾਨ 11 ਤੋਂ 16 ਮਾਰਚ ਤੱਕ ਬਾਰੇ ਆਈ ਹੋਣੀ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦੇਣ ਜਿੱਥੇ ਸਰਕਾਰ ਵੱਲੋਂ ਕੋਈ ਨਾ ਕੋਈ ਅਜਿਹਾ ਲਾਂਡ ਕੀਤਾ ਜਾ ਰਿਹਾ ਹੈ ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਫਾਇਦਾ ਹੋ ਸਕੇ ਕੱਲ ਵੀ ਪੇਸ਼ ਕੀਤੇ ਗਏ ਬਜਟ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਿਦਾਵਾਂ ਮਹੱਈਆ ਕਰਵਾਈਆਂ ਗਈਆਂ ਹਨ ਪੰਜਾਬ ਸਰਕਾਰ ਵੱਲੋਂ ਕੱਲ ਪੇਸ਼ ਕੀਤਾ ਗਿਆ ਬਜਟ ਹਾਰ ਵਰਗ ਦੇ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਅਤੇ ਕੁਝ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਆਉਣ ਵਾਲੇ ਕੁਝ ਦਿਨਾਂ ਦੌਰਾਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ कोरोना ਦੇ ਚੱਲਦੇ ਹੋਏ ਪਹਿਲਾਂ ਹੀ ਲੋਕ ਆਰਥਿਕ ਮੰਝੀ ਦੇ ਨਾਲ ਜੂਝ ਰਹੇ ਹਮ ਲੋਕਾਂ ਵੱਲੋਂ ਮੁੜ ਪੈਰਾਸਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸ ਸਮੇਂ ਦੌਰਾਨ ਹੀ ਕੋਈ ਨਾ ਕੋਈ ਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜਿਸ ਨਾਲ ਦੇਸ਼ ਵਿੱਚ ਚਿੰਤਾ ਵਧ ਜਾਂਦੀ ਹੈ ਸਰਕਾਰ ਵੱਲੋਂ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਨਾਲ ਲੋਕਾਂ ਦੇ ਆਸਿਕਤਾ ਹਲਾਤਾ ਉੱਪਰ ਵੀ ਗਿਆਰਾ ਅਸਰ ਪੈਂਦਾ ਹੈ ਉਦੋਂ ਹੀ ਲੋਕਾਂ ਨੂੰ ਪਹਿਲਾਂ ਤੋਂ ਹੀ ਆਉਣ ਵਾਲੇ ਦਿਨਾਂ ਲਈ ਸੁਚੇਤ ਕਰ ਦਿੱਤਾ ਜਾਂਦਾ ਹੈ ਤਾ ਜੋ ਲੋਕ ਸਮਾਂ ਰੈਂਦੇ ਆਪਣੇ ਕੰਮ ਨਿਪਟਾ ਸਕਣ ਹੁਣ 11 ਤੋਂ 16 ਮਾਰਚ ਤੱਕ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਬੈਂਕ ਖਾਤਾ ਧਾਰਕਾਂ ਲਈ ਬੈਂਕ ਸਬੰਧਿਤ ਕੰਮ ਕਾਜ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੌਰਾਨ ਬੈਂਕਾਂ ਵਿੱਚ ਕੀਤੀ ਜਾ ਰਹੀ ਪ੍ਰਾਸਤਿਤਿਵ ਹੜਤਾਲ ਕਾਰਨ ਵੀ 2 ਦਿਨ ਲਈ ਕੰਮ ਕਾਜ ਠੱਪ ਰਹੇਗਾ ਬੈਂਕ ਨਾਲ ਸਬੰਧਿਤ ਕੰਮ ਲੋਕ 10 ਮਾਰਚ ਤੱਕ ਨਿਬੇੜ ਸਕਦੇ ਹਨ ਉਸ ਤੋਂ ਬਾਅਦ 17 ਮਾਰਚ ਨੂੰ ਹੀ ਬੈਂਕ ਦੇ ਕੰਮ ਕਾਜ ਆਰੰਭ ਕੀਤੇ ਜਾਣਗੇ 11 ਮਾਰਚ ਨੂੰ 마शिवरात्रि 13 ਨੂੰ ਦੂਜਾ ਸ਼ਨੀਵਾਰ 14 ਨੂੰ ਐਤਵਾਰ 15 16 ਨੂੰ ਮਾਰਚ ਨੂੰ ਬਜਟ ਵਿੱਚ ਦੋ ਜਨਤਾ ਖੇਤਰ ਦੇ ਬੈਂਕਾਂ ਦਾ ਨਿੱਜੀਕਰਨ ਦੇ ਵਿਰੋਧ ਵਿੱਚ ਬੈਂਕ ਯੂਨੀਅਨ ਵੱਲੋਂ ਦੇਸ਼ ਪਧਰੀ ਹੜਾਤਾ ਦਾ ਸੱਦਾ ਦਿੱਤਾ ਗਿਆ ਆਉਣ ਵਾਲੇ ਹਫਤੇ ਦੇ 6 ਦਿਨ ਬੈਂਕ ਵਿੱਚ 5 ਦਿਨ ਕੰਮ ਨਹੀਂ ਹੋਵੇਗਾ ਲੋਕ ਬੈਂਕ ਯੂਨੀਅਨ ਵੱਲੋਂ ਕੀਤੇ ਜਾ ਰਹੇ 2 ਦਿਨ ਹੜਤਾਲ ਨਾਲ ਆਮ ਲੋਕਾਂ ਨੂੰ ਬਹੁਤ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਖਬਰ ਨੂੰ ਅੰਤ ਤੱਕ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ